हां जी प्यारी सथियो ਤੁਹਾਡਾ ਸੁਆਗਤ ਹੈ 8ਵੀਂ ਕਲਾਸ ਟਰਮ 2 ਪੰਜਾਬੀ ਵਿਸ਼ਾ ਕੁੱਲ ਅੰਕ 50 ਨੇ ਤੇ ਸੁੰਦਰ ਲਿਖਾਈ ਦੇ ਅੰਕ 2 ਨੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਮੌਕਾ ਜਿਹੜਾ ਤੁਹਾਨੂੰ ਦਿੱਤਾ ਗਿਆ ਹੈ ਵੀ ਸੁੰਦਰ ਲਿਖਾਈ ਕਰੋਗੇ ਤਾਂ 2 ਅੰਕ ਮਿਲਣਗੇ ਸੁੰਦਰ ਲਿਖਾਈ ਹੈ ਜਿਹੜੀ ਉਹ ਇੰਨੀ ਸੁੰਦਰ ਵੀ ਨਿਕਾਣੀ ਕਿ ਤੁਹਾਡੇ ਐਗਜ਼ਾਮ ਰਹਿ ਜੇਵੇਂ ਠੀਕ ਹੈ ਕਿਉਂਕਿ ਸਮਾਂ ਸਿਰਫ 2 ਘੰਟੇ ਦਾ ਹੀ ਮਿਲਣਾ ਤੁਹਾਨੂੰ ਠੀਕ ਹੈ ਪੇਪਰ ਵੈਸੇ 50 ਨੰਬਰ ਦਾ ਵੈਸੇ ਕਈ ਵਾਰ ਜਿਹੜੇ ਲੇਖ ਵਗੈਰਾ ਨੇ ਉਹ ਟਾਈਮ ਲਗਾ ਦਿੰਦੇ ਨੇ ਕਰਾਨੂੰ ਠੀਕ ਹੈ ਥੈਨ ਇੱਕ ਮਾਡਲ ਟੈਸਟ ਪੇਪਰ ਆ ਟਾਰਮ 2 ਦਾ ਠੀਕ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਪੈਰਾਗ੍ਰਾਫ ਦੇ ਵਿੱਚੋਂ ਕੁਐਸਚਨ ਤੁਸੀਂ ਦੇਣੇ ਹੋਣਗੇ ਧਿਆਨ ਚੰਦ ਵਾਲੇ ਦੇ ਵਿੱਚੋਂ ਇਹ ਆਇਆ ਹੋਇਆ ਵਾ ਠੀਕ ਹੈ ਥੈਨ ਸੈਕੰਡ ਪਾਰਟ ਵਿੱਚ ਤੁਹਾਡੇ ਕੋਲ ਪੈਰੇ ਵਿੱਚੋਂ ਸਹੀ ਵਿਕਲਪ ਉੱਤਰ ਤੁਸੀਂ ਚੋਣਨੇ ਨੇ ਮਤਲਬ ਤੁਸੀਂ ਗਲਤ ਦਿੱਤਾ ਹੋਇਆ ਸਿਰੋ ਤੁਸੀਂ ਸਹੀ ਕਰਕੇ ਲਿਖਣਾ ਵਾ ਤੇ 5 ਨੰਬਰ ਦਾ ਪੈਰਾਗ੍ਰਾਫ ਆ ਠੀਕ ਹੈ ਦੈਨ ਤੁਹਾਡੇ ਕੋਲ ਅੱਗੇ ਇਹਦੇ ਕੁਐਸਚਨ ਦਿੱਤੇ ਹੋਏ ਨੇ ਕੁਐਸਚਨਾਂ ਨੂੰ ਤੁਸੀਂ ਚੂਜ਼ ਕਰਕੇ ਲਿਖੋਗੇ ਠੀਕ ਹੈ ਕਾਵ ਟੁੱਟੇ ਵਿੱਚੋਂ ਭਾਵ ਅਰਥ ਲਿਖਣੇ ਨੇ ਤੁਹਾਡੇ ਕੋਲ ਸਾਹਮਣੇ ਦੋ ਕਾਵ ਟੁੱਟਿਆ ਕਿਨੇ ਬੀਤ ਗਿਆ ਦਿਨ ਬੀਤ ਗਿਆ ਜੋ ਕੱਤਿਆ ਤੁੰਬਿਆ ਹੰਡ ਗਿਆ ਠੀਕ ਹੈ ਚਾਰਖੇ ਵਾਲੇ ਦੇ ਵਿੱਚੋਂ ਨੇ ਦੈਨ ਕਾਵ ਜਿਹੜਾ ਅਗਲਾ ਜਿਹੜਾ ਹੈਗਾ ਵਾ ਉਹ ਤੁਹਾਨੂੰ ਆ ਗਿਆ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਮਾ ਡੱਕਰੇ ਚੋਲੀ ਪਵਾਉਂਦੀਆਂ ਨਹੀਂ ਉੱਚਾ ਸੁੱਟ ਕੇ ਬੋਚ ਦੇ ਨੇਜਿਆਂ ਤੇ ਪੂਰਾ ਫੇਰ ਵੀ ਨਹੀਂ ਘਬਰਾਉਂਦੀਆਂ ਨਹੀਂ ਸੋ ਇੰਪੋਰਟੈਂਟ ਹੈ ਤੇ ਇਹਨਾਂ ਨੂੰ ਜ਼ਰੂਰ ਕਰਕੇ ਦੇਖਿਓ 2 ਨੰਬਰ ਦਾ ਆਇਆ ਹੈ ਕਿ ਪ੍ਰਸੰਗ ਸਹਿਤ ਵਿਆਖਿਆ ਠੀਕ ਹੈ ਥੈਨ ਤੁਹਾਡੇ ਕੋਲ ਮੁਹਾਵਰੇ ਆ ਗਏ ਮੁਹਾਵਰੇ ਤੁਸੀਂ ਇਹ ਜਿਹੜੇ ਉਹ ਤੁਹਾਡੇ 6 ਨੰਬਰ ਦੇ ਨੇ ਤੁਸੀਂ ਮੁਹਾਵਰੇ ਜਿਹੜੇ ਉਹ 3 ਕਰਨੇ ਨੇ ਤਿੰਨਾਂ ਦੇ 2-2 ਨੰਬਰ ਦੇ ਨੇ ਕਹਾਣੀ ਜਲਤਰ ਸਿਰਜਣਾ ਸਦਕੇ ਜਾਣਾ ਪੈਰਾ ਹੇਟ ਅੱਗ ਮਚਾ ਦੇਣੀ ਠੀਕ ਹੈ ਇੰਪੋਰਟੈਂਟ ਨੇ ਮੁਹਾਵਰੇ ਸਾਰਿਆਂ ਨੂੰ ਪੜ ਲਿਓ ਜਿੰਨੇ ਵੀ ਤੁਹਾਡੇ ਸਿਲੇਬਸ ਵਿੱਚ ਆ ਗਏ ਕਿਉਂਕਿ ਕੋਈ ਵੀ ਮੁਹਾਵਰਾ ਆ ਸਕਦਾ ਪੇਪਰ ਦੇ ਵਿੱਚ ਦੈਨ ਹੈ ਲਿਖਿਆ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਤੁਸੀਂ ਜਿਹੜੇ ਵੀ ਤੁਹਾਡੇ ਸਾਹਮਣੇ ਕੁਐਸਚਨ ਆ ਗਏ ਨੇ ਇਹ ਤੁਹਾਡੇ ਲੈਸਨ ਦੇ ਵਿੱਚੋਂ ਆਏ ਨੇ ਠੀਕ ਹੈ ਮੱਝ ਦਾ ਘੱਟਾ ਕਿਹੋ ਜਿਹਾ ਸੀ ਲੇਕਿਨ ਰੱਬ ਦੀ ਪੌੜੀ ਕਿਸ ਨੂੰ ਕਿਹਾ ਹੈ ਤੇ ਕਿੱਥੇ ਸਥਿਤ ਹੈ ਲਤਾ ਕਿੱਥੇ ਗਈ ਸੀ ਤੇ ਕਿਉਂ ਗਈ ਸੀ ਲੋੜੀ ਦਾ ਤਿਹਾਰ ਕਦੋਂ ਅਤੇ ਕਿਉਂ ਮਰੇ ਤੁਸੀਂ ਜਨਰਲ ਨੌਲੇਜ ਦੇ ਵਿੱਚ ਵੀ ਆ ਗਿਆ ਨਾ ਜੇਕਰ ਤੁਸੀਂ ਲੈਸਨ ਵੀ ਨਹੀਂ ਪੜਿਆ ਤਾਂ ਮੇ ਤੁਹਾਨੂੰ ਪਤਾ ਹੋਵੇਗਾ ਰਾਸ਼ਟਰੀ ਗੀਤ ਕਿਹੜਾ ਤੁਹਾਨੂੰ ਪਤਾ ਹੈ ਤੇ ਲਿਖ ਕੌਣ ਸੀ ਉਹ ਵੀ ਤੁਹਾਨੂੰ ਪਤਾ ਥੈਨ ਮਣਾ ਕਿਸ ਨੂੰ ਕਹਿੰਦੇ ਨੇ ਬਾਕੀ ਤੁਹਾਡੇ ਸਾਹਮਣੇ ਤੁਸੀਂ ਲੇਖ ਲਿਖਣਾ ਲੇਖ ਨੂੰ ਟਾਈਮ ਲੱਗ ਸਕਦਾ ਵਾ ਲੋੜ ਹੀ ਹੋ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਹੋ ਗਿਆ ਥੈਨ ਟੈਲੀਵਿਜ਼ਨ ਦੀਆਂ ਲਾਹਵਾਨੀਆਂ ਡਿੱਠਾ ਮੈਚ ਦਾਜ ਦੀ ਸਮੱਸਿਆ ਠੀਕ ਹੈ ਤੁਹਾਨੂੰ ਕੋਰੋਨਾ ਵਾਇਰਸ ਵਾਲਾ ਵੀ ਆ ਸਕਦਾ ਵਾ ਠੀਕ ਹੈ ਪੱਤਰ ਲਿਖਣਾ ਵਾ ਤੁਸੀਂ ਕੋਈ ਇੱਕ ਲਿਖਣਾ ਵਾ ਆਪਣੇ ਸਕੂਲ ਦੇ ਮੁਖ ਦੇ ਆਪ ਨੂੰ ਜਰਮਾਨੇ ਮਾਫੀ ਦੇ ਲਈ ਜਾਂ ਫਿਰ ਜਿਹੜੀ ਆ ਮੁਹੱਲੇ ਦੇ ਵਿੱਚ ਸਫਾਈ ਦਾ ਪ੍ਰਬੰਧ ਨੂੰ ਸੁਧਾਰਨ ਦੇ ਲਈ ਠੀਕ ਹੈ ਥੈਨ ਤੁਹਾਡੇ ਕੋਲ ਵਿਰੋਧੀ ਸ਼ਬਦ ਆ ਗਏ ਵਿਰੋਧੀ ਸ਼ਬਦ ਤੁਸੀਂ ਕਰਨੇ ਨੇ ਫਿੱਕਾ ਬੁਰਾ ਸਵਾਰਗ ਕਪੁੱਤਰ ਉੱਪਰ ਜਿਸ ਤਰ੍ਹਾਂ ਕਪੁੱਤਰ ਸਪੁੱਤਰ ਉੱਪਰ ਥੱਲੇ ਤੋਪਸ਼ਾਂ ਕਾਟਾ ਵੰਦਾ ਅਸਲੀ ਨਕਲੀ ਫਿੱਕਾ ਗੂੜਾ ਬੁਰਾ ਬੁਰਾ ਪਲਾ ਸਵਰਗ ਨਰਕ ਠੀਕ ਹੈ ਇਸ ਤਰ੍ਹਾਂ ਦੈਨ ਨੈਕਸਟ ਅਸ਼ੁੱਧ ਸ਼ਬਦ ਨੇ ਕਹਿਣਾ ਕਿ ਮੈਂ ਲਿਖਿਆ ਹੋਇਆ ਗਲਤ ਲਿਖਿਆ ਸਿਹਤ ਵੀ ਗਲਤ ਲਿਖਿਆ ਮਾਇਆ ਵੀ ਗਲਤ ਲਿਖਿਆ ਕਹਾਣੀ ਬਿਲਕੁਲ ਗਲਤ ਲਿਖਿਆ ਬਿਹਾਰ ਬਿਹਾਰ ਬੱਬੇ ਸਿਆੜੀ ਹਾਇ ਕਾ ਨਾਰਾ ਬਿਹਾਰ ਐਨ ਯਾੜਾ ਸ਼ਕਤੀ ਚੱਕਰ ਕਿੰਨਾ ਦੇ ਪੰਜ ਦੇ ਲਿਖਨੇ ਤੁਸੀਂ ਬਹੁਤ ਸੌਖੇ ਨੇ ਲਿਖ ਲਿਓ ਠੀਕ ਹੈ 22 ਨੰਬਰ ਦਾ ਹੈ 22 ਨੰਬਰ ਦਾ ਹੀ ਉੱਤਰ ਆ ਤੁਹਾਡਾ ਦਨ ਤੁਹਾਡੇ ਕੋਲ ਆਗੇ ਪੰਜ ਸਾਰਥਕ ਸ਼ਬਦ ਬਣਾਓ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ ਠੀਕ ਹੈ ਸਾਰਥਕ ਸ਼ਬਦ ਬਣਾਉਣਾ ਜਿਸ ਤਰ੍ਹਾਂ ਫੁੱਲ ਆ ਗਿਆ ਠੀਕ ਹੈ ਕੂਟਣਾ ਦੋ ਹੋਗੇ ਠੀਕ ਹੈ ਮਿਆਰ ਤਲਵਾਰ ਦੀ ਮਿਆਰ ਹੁੰਦੀ ਹੈ ਨਾ ਉਹ ਠੀਕ ਹੈ ਜੋ ਸਾਡੇ ਕੋਲ ਤਿੰਨ ਸ਼ਬਦ ਬਣ ਗਏ ਠੀਕ ਹੈ ਬਾਕੀ ਤੁਸੀਂ ਦੋ ਆਪਣੇ ਇਹਦੇ ਵਿੱਚੋਂ ਬਣਾ ਲਿਓ ਠੀਕ ਹੈ ਬਹੁਤ ਇੰਪੋਰਟੈਂਟ ਨੇ ਇਹਨਾਂ ਨੂੰ ਛੱਡਿਓ ਨਾ ਧੰਨਵਾਦ